हां जी बच्चे नेक्स्ट चैप्टर है अपना क्रिस्टल डिफ्रेक्शन एंड रेसिप्रोकल लैटिस इस ਦੇ ਵਿੱਚ ਆਪਾਂ ਕੀ ਕਰਨਾ ਹੈ ਐਕਸ ਰੇਜ਼ ਦੀ ਡਾਈਫ੍ਰੈਕਸ਼ਨ ਕਰਾਉਣੀ ਹੈ ਉਸ ਦੇ ਨਾਲ ਆਪਾਂ ਜਿਹੜੀ ਡਾਈਫ੍ਰੈਕਸ਼ਨ ਆਫ ਐਕਸ ਰੇ ਹੈ ਉਸ ਦੇ ਨਾਲ ਆਪਾਂ ਡਿਟਰਮਾਈਨ ਕਰ ਸਕਦੇ ਹਾਂ ਕਿਸੇ ਵੀ ਕ੍ਰਿਸਟਲ ਦੀ ਇੰਟਰਨਲ ਸਟਰਕਚਰ ਕਿਵੇਂ ਦੀ ਹੈ ਹੁਣ ਤੁਹਾਡੇ ਕੋਲੇ ਜਿਹੜਾ ਕ੍ਰਿਸਟਲ ਲੈਟਿਸ ਹੈ ਕ੍ਰਿਸਟਲ ਲੈਟਿਸ ਦੇ ਵਿੱਚ ਜਿਹੜੇ ਐਟਮਸ ਹੈ ਉਹਨਾਂ ਦੀ ਜਿਹੜੀ ਸੈਪਰੇਸ਼ਨ ਹੈ ਉਹ ਇਨ ਦਾ ਆਰਡਰ ਆਫ ਐਂਗਸਟ੍ਰੋਮ ਐਂਡ ਜਿਹੜੀ ਆਪਾਂ ਵੇਵ ਲੈਂਥ ਐਕਸ ਰੇ ਯੂਜ਼ ਕਰ ਰਹੇ ਹਾਂ ਉਸ ਦੀ ਵੇਵ ਲੈਂਥ ਵੀ ਕੀ ਹੈ ਇਸੇ ਆਰਡਰ ਦੇ ਬਿਲਕੁਲ ਸੇਮ ਹੈ ਇਨ ਦਾ ਆਰਡਰ ਆਫ ਐਂਗਸਟ੍ਰੋਮ ਹੈ ਹੁਣ ਦੋਨਾਂ ਦੀ ਆਪਣੇ ਕੋਲੇ ਕੀ ਹੈ ਸੇਮ ਆਰਡਰ ਦੀ ਹੈ ਇਸੇ ਕਰਕੇ ਆਪਾਂ ਜਿਹੜੇ ਡਾਈਫ੍ਰੈਕਸ਼ਨ ਲਈ ਯੂਜ਼ ਕਰ ਰਹੇ ਹਾਂ ਰੇਜ਼ ਉਹ ਹੈਗੀਆਂ ਐਕਸ ਰੇਜ਼ ਸਭ ਤੋਂ ਪਹਿਲਾਂ ਜਿਹੜਾ ਬੌਨ ਲੂਇਸ ਹੈ ਉਸ ਨੇ 1912 ਦੇ ਵਿੱਚ ਆਪਾਂ ਨੂੰ ਥਿਊਰੀ ਦਿੱਤੀ ਹੈਗੀ ਹੈ ਡਾਈਫ੍ਰੈਕਸ਼ਨ ਆਫ ਐਕਸ ਰੇ ਬਾਈ ਕ੍ਰਿਸਟਲ ਉਸ ਤੋਂ ਬਾਅਦ ਫ੍ਰੀਡਰਿਚ ਐਂਡ ਕਨਿੰਪਿੰਗ ਨੇਕਾ ਐਕਸਪੈਰੀਮੈਂਟ ਡੈਮੋਸਟ੍ਰੇਟ ਕੀਤਾ ਹੈ ਡਾਇਫ੍ਰੈਕਸ਼ਨ ਆਫ ਐਕਸ-ਰੇਜ਼ ਬਾਏ ਜ਼ਿੰਕ ਬਲੈਂਡਿੰਗ ਕ੍ਰਿਸਟਲ ਦਾ ਹੁਣ ਆਪਣੇ ਕੋਲੇ ਅਗਰ ਆਪਾਂ ਐਕਸ-ਰੇਜ਼ ਨੂੰ ਕ੍ਰਿਸਟਲ ਦੇ ਉੱਪਰ ਸਟ੍ਰਾਈ ਕਰਵਾ ਦਾਂਗੇ ਥੈਨ ਜਿਹੜੇ ਉਸ ਦੇ ਐਟਮਸ ਐ ਐਟਮਸ ਨੇ ਕੀ ਕਰਨਾ ਐ ਐਟਮਸ ਦੇ ਜਿਹੜੇ ਇਲੈਕਟ੍ਰੋਨਸ ਐ ਉਹ ਉਸ ਨੇ ਕੀਆ ਵਾਈਬ੍ਰੇਟ ਵਾਈਬ੍ਰੇਸ਼ਨ ਸਟਾਰਟ ਕਰ ਦੇਣੀਆਂ ਉਹ ਜਿਹੜੀਆਂ ਵਾਈਬ੍ਰੇਸ਼ਨ ਸਟਾਰਟ ਹੋ ਰਹੀਆਂ ਉਸ ਦੀ ਫ੍ਰੀਕੁਐਂਸੀ ਤੇ ਜਿਹੜੇ ਆਪਾਂ ਵੀਮ ਇਨਸੀਡੈਂਟ ਕਰਾਦੇ ਹਾਂ ਐਕਸ ਰੇ ਉਸ ਦੀ ਫ੍ਰੀਕੁਐਂਸੀ ਦੋਨੇ ਇਕੁਅਲ ਹੈ ਇਕੁਅਲ ਹੋਣ ਦੇ ਨਾਲ ਜਿਹੜੇ ਆਪਣੇ ਇਲੈਕਟ੍ਰੋਨਸ ਹੈ ਵਾਈਬ੍ਰੇਸ਼ਨ ਸਟਾਰਟ ਕੀਤੀਆਂ ਉਹਨਾਂ ਦੀ ਐਕਸਲੇਰੇਸ਼ਨ ਹੋਵੇਗੀ ਐਕਸਲੇਟ ਜਦੋਂ ਹੋ ਗਿਆ ਚਾਰਜ ਜਦੋਂ ਆਪਣੇ ਕੋਲ ਐਕਸਲੇਰੇਸ਼ਨ ਹੋਗੀ ਇਲੈਕਟ੍ਰੋਨ ਦੀ ਥੈਨ ਉਸਨੇ ਕੀ ਕਰਨਾ ਇੱਕ ਰੇਡੀਏਸ਼ਨਸ ਐਮਿਟ ਕਰ ਦੇਣੀ ਹੈ ਰੇਡੀਏਸ਼ਨ ਐਮਿਟ ਕਰ ਦੇਣੀ ਹੈ ਉਹ ਜਿਹੜੀਆਂ ਰੇਡੀਏਸ਼ਨਸ ਆਪਣੇ ਕੋਲ ਐਮਿਟ ਹੋ ਰਹੀਆਂ ਉਹਨਾਂ ਦੀ ਫ੍ਰੀਕਵੈਂਸੀ ਤੇ ਇਨਸੀਡੈਂਟ ਕਰ ਰਹੀ ਹੈ ਜਿਹੜੀ ਵੀ ਉਹਨਾਂ ਦੀ ਫ੍ਰੀਕਵੈਂਸੀ ਉਹ ਬਿਲਕੁਲ ਕੀ ਹੈ ਇਕੁਅਲ ਹੈ ਹੁਣ ਜਿਹੜੀ ਆਪਣੇ ਕੋਲੇ ਵੇਵਸ ਐਮਿਟ ਹੋ ਰਹੀਆਂ ਨੇ ਉਹ ਸਫੇਰੀਕਲ ਵੇਵ ਫਰੰਟ ਦੇ ਰਹੀ ਹੈ ਆਪਾਂ ਨੂੰ ਸਫੇਰੀਕਲ ਵੇਵ ਫਰੰਟ ਦੇਣ ਦੇ ਨਾਲ ਜਿਹੜੀ એનર્ਜੀ ਹੈ ਸਾਰੀਆਂ ਡਾਇਰੈਕਸ਼ਨ ਦੇ ਵਿੱਚ ਕੀ ਹੈ ਸਪਰੈਟ ਆਊਟ ਹੋ ਜਾਏਗੀ ਹੁਣ ਅਗਰ ਆਪਾਂ ਜਿਹੜੀ ਰੇਡੀਏਸ਼ਨਸ ਐਮਿਟ ਹੋ ਰਹੀਆਂ ਉਹਨਾਂ ਨੂੰ ਕੀ ਹੈ ਇੱਕ ਫਿਲਮ ਦੇ ਨਾਲ ਕਿਸੇ ਵੀ ਫਿਲਮ ਦੇ ਕਿਸੇ ਵੀ ਸਕਰੀਨ ਦੇ ਨਾਲ ਆਪਾਂ ਕੀ ਹੈ ਇੱਕ ਫਿਲਮ ਲਗਾ ਲਈਏ ਉਹ ਸਕਰੀਨ ਦੇ ਉੱਪਰ ਆਪਾਂ ਪੁਆਇੰਟਸ ਮੈਜ਼ਰ ਪੁਆਇੰਟਸ ਲੈ ਲਈਏ ਥੈਨ ਆਪਣੇ ਕੋਲੇ ਕੀ ਹੈ ਇੱਕ ਪੈਟਰਨ ਬਣ ਜੇਗਾ ਉਸ ਪੈਟਰਨ ਨੂੰ ਆਪਾਂ ਇੰਟਰਫੀਅਰੈਂਸ ਬੋਲਦੇ ਹਾਂ ਉਹ ਇੰਟਰਫੀਅਰੈਂਸ ਤੁਹਾਡਾ ਕੰਸਟਰਕਟਿਵ ਵੀ ਹੋ ਸਕਦਾ ਹੈ ਡਿਸਟਰਕਟਿਵ ਵੀ ਹੋ ਸਕਦਾ ਹੈ ਮੈਕਸੀਮਾ ਪ੍ਰੋਡਿਊਸ ਹੋ ਸਕਦਾ ਔਰ ਮਿਨੀਮਾ ਵੀ ਪ੍ਰੋਡਿਊਸ ਹੋ ਸਕਦਾ ਹੈ ਸਭ ਤੋਂ ਪਹਿਲਾਂ ਆਪਣੇ ਕੋਲੇ ਜਿਹੜੀਆਂ ਕੰਡੀਸ਼ਨਸ ਹੈਗੀਆਂ ਡਾਈਫ੍ਰੈਕਸ਼ਨ ਦੀਆਂ ਕ੍ਰਿਸਟਲ ਦੇ ਵਿੱਚ ਉਸ ਨੂੰ ਆਪਾਂ ਦੋ ਮੈਥਡ ਦੇ ਨਾਲ ਬਣਾ ਸਕਦੇ ਹਾਂ ਫਰਸਟ ਤਾਂ ਹੈਗਾ ਬ੍ਰੈਗਸ ਲਾਅ ਸੈਕਿੰਡ ਹੈਗਾ ਲੂਇਸ ਡਾਈਫ੍ਰੈਕਸ਼ਨ ਮੈਥਡ ਪਹਿਲਾਂ ਤਾਂ ਆਪਾਂ ਜਿਹੜੀਆਂ ਕੰਡੀਸ਼ਨਸ ਹੈ ਡਾਈਫ੍ਰੈਕਸ਼ਨ ਲਈ ਕੀ ਹੋਣੀਆਂ ਚਾਹੀਦੀਆਂ ਫਰਸਟ ਤਾਂ ਆਪਾਂ ਬ੍ਰੈਗਸ ਲਾਅ ਦੇ ਅਕੋਰਡਿੰਗ ਦੇਖਣੀ ਹੈ ਸੈਕਿੰਡ ਹੈਗੇ ਲੂਇਸ ਡਾਈਫ੍ਰੈਕਸ਼ਨ ਲਾਅ ਦੇ ਅਕੋਰਡਿੰਗ ਫਰਸਟ ਹੈਗਾ ਬ੍ਰੈਗਸ ਲਾਅ ਬ੍ਰੈਗਸ ਲਾਅ ਨੇ ਕੀ ਕੀਤਾ ਇਸ ਨੇ ਐਕਸ ਰੇਜ਼ ਨੇ ਜਿਹੜੀਆਂ ਉਹ ਕੀ ਹੈ ਐਕਸ ਰੇਜ਼ પાસ ਕਰਵਾਤੀਆਂ ਠੀਕ ਹੈ ਕਿਸੇ ਵੀ ਕਿਸੇ ਵੀ ਲੇਟਿਸ ਦੇ ਵਿੱਚੋਂ ਤੇ ਉਹ ਜਿਹੜੀਆਂ ਐਕਸ ਰੇਜ਼ ਆ ਦੁਬਾਰਾ ਆਪਣੇ ਤੋਂ ਐਟਮਸ ਤੋਂ ਲੇਟਿਸ ਦੇ ਐਟਮਸ ਤੋਂ ਰਿਫਲੈਕਟ ਹੋ ਰਹੀਆਂ ਠੀਕ ਹੈ ਉਹ ਜਿਹੜੇ ਆਪਾਂ ਲੈ ਕੇ ਚੱਲੇ ਆ ਐਟਮਸ ਉਹ ਕੀ ਹੈ ਪੈਰਲਲ ਪਲੇਨਸ ਦੇ ਐਟਮ ਜਿਹੜੀ ਆਪਾਂ ਐਕਸ ਰੇਜ਼ ਕਰਵਾ ਰਹੇ ਹਾਂ ਉਸ ਦੇ ਉੱਪਰ ਸਟ੍ਰਾਈ ਕਰਵਾ ਰਹੇ ਹਾਂ ਉਹ ਕੀ ਹੈ ਆਪਣੇ ਕੋਲੇ ਰਿਫਲੈਕਟ ਹੋ ਰਹੀਆਂ ਜਿਵੇਂ ਆਪਾਂ ਮਿਰਰ ਤੋਂ ਕਰਦੇ ਜਿਵੇਂ ਲਾਈਟ ਮਿਰਰ ਤੋਂ ਰਿਫਲੈਕਟ ਹੁੰਦੀ ਹੈ ਉਸੇ ਤਰੀਕੇ ਨਾਲ ਐਕਸ ਰੇਜ਼ ਆਪਣੇ ਕੋਲੇ ਪੈਰਲਲ ਪਲੇਨਸ ਦੇ ਐਟਮਸ ਤੋਂ ਰਿਫਲੈਕਟ ਹੋ ਰਹੀਆਂ ਇਹ ਹੈਗਾ ਆਪਣਾ ਬ੍ਰੈਗਸ ਲਾ ਹੁਣ ਜਿਹੜੀਆਂ ਰੇਜ਼ ਐ ਰਿਫਲੈਕਟ ਹੋ ਰਹੀਆਂ ਉਹ ਦਾ ਇੰਟਰਫੇਰੈਂਸ ਕਿਦਾਂ ਦਾ ਉਸ ਦਾ ਨੇਚਰ ਹੈਗਾ ਕੰਸਟਰਕਟਿਵ ਇੰਟਰਫੇਰੈਂਸ ਉਹ ਕੰਸਟਰਕਟਿਵ ਇੰਟਰਫੇਰੈਂਸ ਪ੍ਰੋਡਿਊਸ ਕਰਨਗੇ 댓 ਮੀਨਸ ਆਪਣੇ ਕੋਲੇ ਮੈਕਸਿਮਮ ਪ੍ਰੋਡਿਊਸ ਹੋਏਗਾ ਹੁਣ ਸਪੋਜ਼ ਤੁਹਾਡੇ ਕੋਲ ਇਹ ਵੀ ਕੋਈ ਵੀ ਆਪਾਂ ਪੈਰਲਲ ਪਲੇਨ ਲੈ ਕੇ ਚੱਲ ਪਏ ਆ ਤੁਹਾਡੇ ਕੋਲ ਕੋਈ ਵੀ ਪੈਰਲਲ ਪਲੇਨ ਨੇ ਦੋ ਪੈਰਲਲ ਪਲੇਨਸ ਦੇ ਵਿਚਕਾਰ ਦਾ ਆਪਣੇ ਕੋਲ ਡਿਸਟੈਂਸ ਕਿੰਨਾ ਹੈਗਾ ਡੀ ਜਿਸ ਨੂੰ ਆਪਾਂ ਬੋਲ ਰਹੇ ਹਾਂ ਇੰਟਰਪਲੇਨਰ ਸਪੇਸਿੰਗ ਠੀਕ ਹੈ ਡੀ ਨੂੰ ਆਪਾਂ ਕਹਿੰਦੇ ਆ ਇੰਟਰਪਲੇਨਰ ਸਪੇਸਿੰਗ ਸਪੋਜ਼ ਦੋ ਬੀਮ ਲੈ ਲਈਏ ਆਪਾਂ ਦੋ ਪੈਰਲਲ ਬੀਮਸ ਐਕਸ-ਰੇਜ਼ ਦੀਆਂ ਇੱਥੇ ਹੈਗੀ ਆਪਣੇ ਕੋਲ ਪੀਏ ਸੈਕਿੰਡ ਹੈਗੀ ਹੈ ਕਿਊ ਬੀ ਪੀਏ ਜਿਹੜੀ ਐਕਸ ਰੇ ਅਲੋਂਗ a r ਆਪਣੇ ਕੋਲੇ ਰਿਫਲੈਕਟ ਹੋ ਰਹੀ ਹੈ ਸਿਮਿਲਰ ਵੇ ਦੇ ਨਾਲ qb ਹੈਗੀ ਹੈ ਜਿਹੜੀ ਅਲੋਂਗ b ਐਸ ਆਪਣੇ ਕੋਲੇ ਰਿਫਲੈਕਟ ਹੋ ਰਹੀ ਹੈ ਸਪੋਜ਼ ਜਿਹੜੀਆਂ ਇਨਸੀਡੈਂਟ ਰੇ ਐਕਸ ਰੇਸ ਉਹ ਕ੍ਰਿਸਟਲ ਲੈਟਿਸ ਦੇ ਨਾਲ ਆਪਣੇ ਕੋਲੇ ਪਲੇਨ ਦੇ ਨਾਲ ਐਂਗਲ ਬਣਾ ਰਹੀਆਂ ਨੇ θ ਹੁਣ ਆਪਣੇ ਕੋਲੇ ਕੀ ਹੈ a ਵਾਲੀ ਰੇ ਤੇ a ਵਾਲੀ ਰੇ ਇਹ ਵਾਲੀ ਜਿਹੜੀ ਰੇ ਹੈ ਉਹ ਪਾਥ ਜ਼ਿਆਦਾ ਟਰੈਵਲ ਕਰ ਰਹੀ ਹੈ ਇਸ ਵਾਲੀ ਰੇ ਦੇ ਨਾਲ ਦੈਟ ਮੀਨਸ ਇਹਨਾਂ ਦੇ ਵਿੱਚ ਪਾਥ ਡਿਫਰੈਂਸ ਹੈ ਹੁਣ ਕੀ ਹੈ ਅਗਰ ਆਪਾਂ A ਪੁਆਇੰਟ ਤੋਂ QB ਦੇ ਉੱਪਰ ਤੇ BS ਦੇ ਵਿੱਚ ਨੋਰਮਲ ਡਰਾਉਣ ਕਰੀਏ ਨੋਰਮਲ ਆਪਣਾ C ਤੇ D ਪੁਆਇੰਟ ਦੇ ਵਿਚਾਰੇ ਹੈ। ਅਗਰ ਇਹ ਆਪਾਂ ਕਹਿ ਰਹੇ ਹਾਂ ਵੀ ਜਿਹੜੀ A ਇਸ ਆ ਪੈਟਰਨ ਹੈ ਠੀਕ ਹੈ ਇੰਟਰਫੀਅਰੈਂਸ ਹੈ ਉਹ ਕੰਸਟਰਕਟਿਵ ਇੰਟਰਫੀਅਰੈਂਸ ਹੈ ਤਾਂ ਪਾਥ ਡਿਫਰੈਂਸ ਹੈਗਾ ਜਿਹੜਾ CB BD CB BD O ਇਕੁਅਲ ਟੂ ਹੈਗਾ ਇੰਟੀਗਰਲ ਮਲਟੀਪਲ ਆਫ ਵੇਵ ਲੈਂਥ ਲੈਂਡਾ CB BD ਕੀ ਹੋਣਾ ਚਾਹੀਦਾ ਐਨ ਲੈਂਡਾ ਦੇ ਇਕੁਅਲ ਹੋਣਾ ਚਾਹੀਦਾ ਜਦੋਂ ਆਪਣੇ ਕੋਲ ਇੰਟਰਫੀਰੈਂਸ ਕੰਸਟਰਕਟਿਵ ਇੰਟਰਫੀਰੈਂਸ ਹੈ ਹੁਣ CB ਤੇ BD ਦੀ ਵੈਲਿਊ ਆਪਾਂ ਕੈਲਕੂਲੇਟ ਕਰਨੀ ਹੈ ਵਿਦ ਦਾ ਹੈਲਪ ਆਫ ਟੂ ਟ੍ਰਾਇੰਗਲਸ ਫਸਟ ਟ੍ਰਾਇੰਗਲ ਹੈਗੀ ਹੈ ABC ਸੈਕੰਡ ਹੈਗਾ ABD ਇਥੋਂ ਆਪਾਂ CB ਦੀ ਵੈਲਿਊ ਕੈਲਕੂਲੇਟ ਕਰਾਂਗੇ ਐਂਡ BD ਦੀ ਵੈਲਿਊ ਕੈਲਕੂਲੇਟ ਕਰਾਂਗੇ D sin θ ਆ ਗਈ ਇਹ ਵਾਲੀ d sin θ ਆਪਾਂ ਇੱਥੇ ਪੁੱਟ ਕਰਾਂਗੇ ਤਾਂ ਕੀ ਬਣ ਗਿਆ 2d sin θ n λ ਵੇਅਰ n 1 2 3 4 ਸਟੈਂਡਸ ਫਾਰ ਫਸਟ ਆਰਡਰ ਸੈਕਿੰਡ ਆਰਡਰ n ਦੀ ਵੈਲਿਊ ਆਪਣੇ ਕੋਲੇ ਵੈਰੀ ਕਰੀ ਜਾ ਰਹੀ ਹੈ ਇਹ ਜਿਹੜੀ ਇਕੁਏਸ਼ਨ ਹੈਗੀ 2d sin θ n λ ਇਸ ਨੂੰ ਆਪਾਂ ਕੀ ਕਹ ਰਹੇ ਹਾਂ ਬ੍ਰੈਗਸ ਲਾ ਹੁਣ sin θ ਦੀ ਜਿਹੜੀ ਵੈਲਿਊ ਆ ਉਹ ਲਾਈ ਕਰ ਰਹੀ ਹੈ 0 ਤੋਂ ਲੈ ਕੇ 1 ਦੇ ਵਿੱਚ ਤਾਂ ਆਪਣਾ ਜਿਹੜਾ ਲੈਂਡਾ ਉਹ ਕੀ ਹੋਣਾ ਚਾਹੀਦਾ ਲੈਸ ਥੈਨ অর ਇਕੁਅਲ ਟੂ ਹੋਣਾ ਚਾਹੀਦਾ 2d ਠੀਕ ਹੈ ਇਹ ਆਪਣੇ ਕੋਲੇ ਕੰਡੀਸ਼ਨ ਹੈ ਡਾਈਫ੍ਰੈਕਸ਼ਨ ਆਫ ਐਕਸ ਰੇ ਦੇ ਲਈ ਉਸ ਤੋਂ ਬਾਅਦ ਤੁਹਾਡੇ ਕੋਲ ਹੈਗਾ ਅਗਰ ਆਪਣੇ ਕੋਲ d ਹੈਗੀ ਹੈ ਅਗਰ ਆਪਣੀ d ਹੈ ਜਿਹੜਾ ਇੰਟਰਪਲੇਨਰ ਸਪੇਸਿੰਗ ਉਹ ਡਿਕਰੀਜ਼ ਹੋ ਰਿਹਾ ਠੀਕ ਹੈ ਡਿਕਰੀਜ਼ ਹੋ ਰਿਹਾ ਉਹ ਸੌਰੀ d ਤਾਂ ਆਪਣੇ ਕੋਲ ਹਮੇਸ਼ਾ ਸੇਮ ਹੀ ਰਹੇਗਾ ਬਿਕੋਜ਼ ਪੈਰਲਲ ਪਲੇਨਸ ਦੇ ਵਿੱਚ ਕਰਦਾ ਆਪਣੇ ਕੋਲੇ ਡਿਸਟੈਂਸ ਹੈ ਅਗਰ ਆਪਾਂ ਜਿਹੜਾ ਐਂਗਲ θ ਇਹ ਵੇਲੇ ਐਂਗਲ θ ਉਸ ਨੂੰ ਡਿਕਰੀਜ਼ ਕਰ ਰਹੇ ਹਾਂ ਤਾਂ ਵੇਵ ਲੈਂਥ ਵੀ ਆਪਣੀ ਕੀ ਹੋਣੀ ਚਾਹੀਦੀ ਹੈ ਡਿਕਰੀਜ਼ ਹੋਣੀ ਚਾਹੀਦੀ ਹੈ ਸੈਕਿੰਡ ਮੈਥਡ ਹੈ ਗਿਆ ਤੁਹਾਡੇ ਕੋਲੇ ਲੂਇਸ ਇਕੁਏਸ਼ਨ ਲੂਇਸ ਇਕੁਏਸ਼ਨ ਬੌਲਯੂਸ ਨੇ ਕੀ ਕੀਤਾ ਇੱਕ ਫੀਨੋਮੈਨਾ ਦਿੱਤਾ ਹੈ ਡਾਇਫ੍ਰੈਕਸ਼ਨ ਬਾਈ ਕਨਸੀਡਰਿੰਗ ਦਾ ਸਕੈਟਰਿੰਗ ਆਫ ਐਕਸ ਰੇਜ਼ ਫਰੋਮ ਇੰਡੀਵੀਡੂਅਲ ਐਟਮਜ਼ ਇਨ ਦਾ ਕ੍ਰਿਸਟਲ ਕੋਈ ਵੀ ਕ੍ਰਿਸਟਲ ਹੈ ਤੇ ਕ੍ਰਿਸਟਲ ਦੇ ਵਿੱਚ ਅਲੱਗ-ਅਲੱਗ ਆਪਣੇ ਕੋਲੇ ਐਟਮ ਹੈ ਇੰਡੀਵਿਡੂਅਲ ਐਟਮਸ ਤੋਂ ਆਪਣੀ ਜਿਹੜੀ ਐਕਸ ਰੇ ਆ ਉਹ ਕੀ ਹੋ ਰਹੀ ਹੈ ਸਕੈਟਰ ਹੋ ਰਹੀ ਹੈ ਠੀਕ ਹੈ ਫਰਸਟ ਜਿਵੇਂ ਆਪਾਂ ਦੋ ਲੈ ਕੇ ਚੱਲੇ ਆਂ ਫਰਸਟ ਦਾ ਤੁਸੀਂ ਮੰਨ ਲਓ A ਐਟਮ ਹੈ ਤੁਹਾਡੇ ਕੋਲੇ ਸੈਕਿੰਡ ਹੈਗਾ B ਐਟਮ ਜਿਹੜੀ ਇਨਸੀਡੈਂਟ ਕਰਾ ਰਹੇ ਆਂ ਬੀਮ ਆਪਾਂ ਇਹ ਇਨਸੀਡੈਂਟ ਹੋ ਰਹੀ ਹੈ ਇਹਦੇ ਉੱਪਰ ਆਹ ਵਾਲੀ ਇਨਸੀਡੈਂਟ ਹੋ ਰਹੀ ਹੈ B ਦੇ ਉੱਪਰ ਹੁਣ ਇਹਨਾਂ ਦਾ ਜਿਹੜਾ ਪਾਰਟ ਆ ਉਹ ਸਕੈਟਰਡ ਹੋ ਗਿਆ ਏ ਦਾ ਇਸ ਤਰੀਕੇ ਨਾਲ ਬੀ ਦਾ ਏ ਵਾਲੀ ਡਾਇਰੈਕਸ਼ਨ ਦੇ ਨਾਲ ਸਪੋਜ਼ ਜਿਹੜੀ ਇਨਸੀਡੈਂਟ ਬੀਮ ਹੈ ਉਸ ਨੂੰ ਆਪਾਂ n not ਕੈਪ ਯੂਨਿਟ ਵੈਕਟਰ ਦੇ ਨਾਲ ਦੀ ਨੋਟ ਕਰ ਰਹੇ ਹਾਂ ਉਸ ਦੀ ਡਾਇਰੈਕਸ਼ਨ ਸਕੈਟਰਡ ਬੀਮ ਦੀ ਆਪਾਂ ਕਰ ਰਹੇ ਹਾਂ n ਦੇ ਨਾਲ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਅਗਰ a ਤੇ b a ਤੇ b ਜਿਹੜੇ ਐਟਮਸ ਆ ਉਹਨਾਂ ਦੇ ਵਿਚਕਾਰ ਦਾ ਡਿਸਟੈਂਸ ਆਪਣੇ ਕੋਲੇ r ਵੈਕਟਰ ਹੈ ਠੀਕ ਹੈ ਫਿਰ ਆਪਾਂ b ਤੋਂ ਇੱਕ ਪਰਪੈਂਡੀਕੂਲਰ ਡਰਾ ਕਰਾਂਗੇ ਇਸ ਇਨਸੀਡੈਂਟ ਬੀਮ ਦੇ ਉੱਪਰ ਸਪੋਜ਼ ਵੀਡੀ ਬਣ ਕੇ ਆਪਣੇ ਕੋਲੇ ਫਿਰ ਆਪਾਂ ਇਹ ਵਾਲੀ ਲਾਈਨ ਦੇ ਉੱਪਰ ਇੱਕ ਪਰਪੈਂਡੀਕੂਲਰ ਹੋਰ ਡਰਾਅ ਕਰਾਂਗੇ ਅਲੋਂਗ ਏਸੀ ਡਰਾ ਕੀਤਾ ਹੁਣ ਉਸ ਤੋਂ ਬਾਅਦ ਤੁਹਾਡੇ ਕੋਲੇ ਕੀ ਹੈ ਪਾਥ ਡਿਫਰੈਂਸ ਹੈ ਕਾ ਜਿਹੜਾ ਇਹਨਾਂ ਦੋਨਾਂ ਦਾ ਪਾਥ ਡਿਫਰੈਂਸ ਉਹ ਕਿਸ ਦੇ ਉੱਪਰ ਹੈ ਏਡੀ ਏਡੀ ਮਾਈਨਸ ਆਫ ਬੀਸੀ ਦੇ ਉੱਪਰ ਹੈ ਠੀਕ ਹੈ ਹੁਣ ਅਗਰ ਆਪਾਂ ਏਡੀ ਨੂੰ ਕੈਲਕੂਲੇਟ ਕਰਨਾ ਹੈ ਤਾਂ ਇਨ ਟ੍ਰੈਂਗਲ ਏਡੀਬੀ A, D, B, दे के चलो, A, D, A, ए डी बी ट्रायंगल ਦੇ ਵਿੱਚ ਆ ਵਾਲੀ ट्रायंगल ਮੰਨ ਕੇ ਚੱਲੋ ए डी बी सपोज ਅਗਰ ਆਪਣੇ ਕੋਲੇ ए बी ਡਿਸਟੈਂਸ ਆਪਾਂ ਨੂੰ ਦਿੱਤਾ ਹੋਇਆ ਹੈ ਆਰ ਵੈਕਟਰ ਹੈ ਅਗਰ ਆ ਵਾਲਾ ਐਂਗਲ ਹੈਗਾ ए ਉਸ ਨੂੰ ਆਪਾਂ ਫਾਈ ਲੈ ਕੇ ਚੱਲੀ ਫਾਈ ਲੈ ਕੇ ਚੱਲੀਏ ਅਗਰ ਇਸ ਦੇ ਵਿੱਚ ਆਪਾਂ cos फाई ਕੈਲਕੂਲੇਟ ਕਰੀ cos फाई ਕਿਸ ਦੇ ਇਕੁਅਲ ਆਏਗਾ ਆਪਣੇ ਕੋਲੇ ए डी अपॉन बी ए ਦੇ ਇਕੁਅਲ ਹੈ ਹੁਣ ए डी ए डी अपॉन BA BA ਦੀ ਵੈਲਿਊ ਆਪਾਂ ਨੂੰ ਪਤਾ ਹੈ R ਹੈ ਤਾਂ AD ਕਿਸ ਦੇ ਇਕੁਅਲ ਆ ਜਾਏਗਾ R cos φ ਦੇ ਹੁਣ ਅਲੌਂਗ AD ਵੈਕਟਰ ਅਲੌਂਗ AD ਵੈਕਟਰ ਆਪਾਂ ਕਿਸ ਨਾਲ ਜਿਹਨੂੰ ਕੀਤਾ ਇਸੇ ਡਾਇਰੈਕਸ਼ਨ ਨੂੰ N not ਦੇ ਨਾਲ ਠੀਕ ਹੈ N not ਯੂਨਿਟ ਵੈਕਟਰ ਦੇ ਨਾਲ ਤਾਂ ਅਕੋਰਡਿੰਗ ਟੂ ਵੈਕਟਰ ਅਲਜਬਰਾ ਇਸ R cos φ ਨੂੰ ਆਪਾਂ ਕੀ ਲਿਖ ਸਕਦੇ ਹਾਂ R ਵੈਕਟਰ ਡਾਟ N not a ਯੂਨਿਟ ਵੈਕਟਰ ਸਿਮਿਲਰ ਵੇ ਦੇ ਨਾਲ ਆਪਾਂ ਜਿਹੜੀ BC ਦੀ ਵੈਲਿਊ ਉਹ ਕੈਲਕੂਲੇਟ ਕਰਾਂਗੇ ਆ ਵਾਲੀ ਟ੍ਰੈਂਗਲ ਦੇ ਵਿੱਚੋਂ ਤਾਂ BC ਕਿਸ ਦੇ ਇਕੁਅਲ ਆ ਜਾਏਗੀ R ਵੈਕਟਰ ਇੰਟੂ ਡੋਟ ਐਨ ਵੈਕਟਰ ਠੀਕ ਹੈ ਐਨ ਯੂਨਿਟ ਵੈਕਟਰ ਤਾਂ ਇਹਨਾਂ ਦੋਨਾਂ ਦੀ ਜਿਹੜੀ ਵੈਲਿਊਜ਼ ਆਪਾਂ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰ ਦਾਂਗੇ ਪੁੱਟ ਕਰਨ ਤੋਂ ਬਾਅਦ ਆਪਣੇ ਕੋਲੇ ਕੀ ਆ ਗਿਆ ਪਾਥ ਡਿਫਰੈਂਸ ਆਰ ਵੈਕਟਰ ਡੋਟ ਐਨ ਨਾਟ ਯੂਨਿਟ ਵੈਕਟਰ ਮਾਈਨਸ ਆਰ ਵੈਕਟਰ ਇੰਟੂ ਐਨ ਕੈਪ ਇਸ ਦੇ ਵਿੱਚੋਂ ਆਰ ਨੂੰ ਆਪਾਂ ਕਾਮਨ ਕਰ ਲੈਣਾ ਆਰ ਐਨ ਨਾਟ ਮਾਈਨਸ ਐਨ ਵੈਕਟਰ ਹੁਣ n0 n ਨੂੰ ਆਪਾਂ ਕੀ ਲਿਖ ਸਕਦੇ ਆ n ਵੈਕਟਰ ਠੀਕ ਹੈ n ਵੈਕਟਰ ਹੁਣ ਇਹ ਜਿਹੜਾ n ਵੈਕਟਰ ਹੈ ਕੈਪੀਟਲ n ਵੈਕਟਰ ਇਹ ਕੀ ਹੈ ਤੁਹਾਡੇ ਕੋਲ ਸਪੋਜ਼ ਆਹ ਵਾਲਾ ਆਪਣੇ ਕੋਲ ਕੋਈ ਵੀ ਰਿਫਲੈਕਟਿੰਗ ਪਲੇਨ ਹੈ ਇਹ ਵਾਲੀ ਜਿਹੜੀ ਬੀਮ ਹੈ ਉਹ ਇਨਸੀਡੈਂਟ ਕਰ ਰਹੀ ਹੈ ਅਲੋਂਗ n0 ਵੈਕਟਰ ਦੇ ਨਾਲ ਇਹ ਵਾਲਾ ਜਿਹੜਾ ਪਾਰਟ ਹੈ ਆਪਣੇ ਕੋਲ ਰਿਫਲੈਕਟ ਹੋ ਰਿਹਾ ਅਗਰ ਇਸ ਨੂੰ ਆਪਾਂ ਕੀ ਹੈ ਅੱਗੇ ਐਕਸਟੈਂਡ ਕਰੀਏ ਐਕਸਟੈਂਡ ਕਰਨ ਦੇ ਨਾਲ ਇਹ ਤੁਹਾਡੇ ਕੋਲ ਕਿੰਨਾ ਬਣ ਜੂਗਾ n0 ਐਂਗਲ ਕਿੰਨਾ ਬਣਾ ਰਿਹਾ ਰਿਫਲੈਕਟਿੰਗ ਐਂਗਲ ਪਲੇਨ ਦੇ ਨਾਲ θ ਅਕੋਰਡਿੰਗ ਟੂ ਵੈਕਟਰ ਅਲਜਬਰਾ ਅਗਰ ਆਪਾਂ ਇਹ ਵਾਲੀ ਵੈਲੀ ਫਾਈਂਡ ਆਊਟ ਕਰੀਏ ਕਿ ਇਸ ਦੇ ਕੋਲ ਆ ਜਾਏਗੀ n0 n ਦੇ ਇਸ ਨੂੰ ਆਪਾਂ ਕੀ ਲਿਖ ਸਕਦੇ ਹਾਂ ਕੈਪੀਟਲ n ਠੀਕ ਹੈ ਹੁਣ ਫੋਨ ਆਪਾਂ ਇਤੋਂ ਕੀ ਕਹਿ ਸਕਦੇ ਹਾਂ ਕੈਪੀਟਲ n ਆ ਉਹ ਕੀ ਹੈ ਪਰਪੈਂਡੀਕੂਲਰ ਟੂ ਦਾ ਰਿਫਲੈਕਟਿੰਗ ਪਲੇਨ ਕੈਪੀਟਲ n ਵੈਕਟਰ ਆਪਣੇ ਕੋਲੇ ਪਰਪੈਂਡੀਕੂਲਰ ਹੈਗਾ ਰਿਫਲੈਕਟਿੰਗ ਪਲੇਨ ਦੇ ਠੀਕ ਹੈ ਅਗਰ ਆਪਾਂ ਆਹ ਵਾਲੇ ਜਿਹੜਾ ਡਿਸਟੈਂਸ ਆ ਉਸ ਦੀ ਵੈਲਿਊ ਫਾਈਂਡ ਆਊਟ ਕਰੀਏ ਅਗਰ ਪੂਰਾ n ਹੈ ਤਾਂ ਇਹ ਕਿੰਨਾ ਬਣ ਜਾਏਗਾ ਆ ਬਣ ਜਾਏਗਾ ਆਪਣੇ ਕੋਲ n ਮੋਡ ਅਪ 2 ਹੁਣ ਆਪਾਂ n ਦੀ ਵੈਲਿਊ ਕਿਵੇਂ ਫਾਈਂਡ ਆਊਟ ਕਰ ਸਕਦੇ ਹਾਂ ਮੋਡ ਆਫ n ਹੁਣ ਇਹ ਵਾਲੀ ਜਿਹੜੀ ਅੱਪਰ ਵਾਲੀ ਟ੍ਰੈਂਗਲ ਹੈ ਉਸ ਦੇ ਵਿੱਚ ਅਗਰ ਆਪਾਂ sin θ ਦੀ ਵੈਲਿਊ ਕੈਲਕੂਲੇਟ ਕਰੀਏ ਉਹ ਕਿੰਨੀ ਬਣ ਜੂਗੀ ਤੁਹਾਡੇ ਕੋਲੇ ਮੋਡ n 2 n ਵੈਕਟਰ ਠੀਕ ਹੈ ਹੁਣ ਕਿਸੇ ਵੀ ਯੂਨਿਟ ਵੈਕਟਰ ਦਾ ਮੋਡ ਦੀ ਵੈਲਿਊ ਆਪਣੇ ਕੋਲ ਕਿੰਨੀ ਹੁੰਦੀ ਹੈ 1 ਤਾਂ n 0 ਦੀ ਵੈਲਿਊ n ਮੋਡ vector ਦੀ ਵੈਲਿ ਆਪਣੇ ਕੋਲ ਕੀ ਆ ਜੇਗੀ 2 sin θ ਹੁਣ ਤੁਹਾਡੇ ਕੋਲੇ ਜਿਹੜੀਆਂ ਰੇਡੀਏਸ਼ਨ ਸਕੈਟਰਡ ਹੋ ਰਹੀਆਂ ਦੋ ਪੁਆਇੰਟਸ A ਤੇ B ਦੇ ਵਿੱਚੋਂ ਅਗਰ ਉਹਨਾਂ ਦੀ ਆਪਾਂ ਫੇਜ਼ ਡਿਫਰੈਂਸ ਦੀ ਗੱਲ ਕਰੀਏ ਫੇਜ਼ ਡਿਫਰੈਂਸ ਕੀ ਆਏਗਾ φ 2π λ ਪਾਥ ਡਿਫਰੈਂਸ ਪਾਥ ਡਿਫਰੈਂਸ ਦੀ ਵੈਲਿ ਕਿੰਨੀ ਹੈਗੀ ਆਪਣੇ ਕੋਲੇ r कैपीटल एन बैक्टर इतने पुट कर देंगे तो टू पाई अपॉन लैमडा आर बैक्टर डॉट एन बैक्टर अगर अपने को इंटरफेरेंस कंसट्रक्टिव है उसके लिए अपने को है फाइ है जरा ठीक है फाइक इज इंटेग्र मल्टीपल होना चाहिए टू पाई वेयर एन इज अ इंटीजर हूँ आप रख लाइज इक्स टू की बन जाए टू पाई अपॉन लैमडा आर बैक्टर डॉट एन बैक्टर इज इक्स टू टू पाई एन ਅਗਰ ਆਪਾਂ ਮੰਨ ਕੇ ਚੱਲੀਏ ABC ਪਰਮਿਟਿਵ ਟ੍ਰਾਂਸਲੇਸ਼ਨ ਵੈਕਟਰ ਹੈ ਅਲੋਂਗ ਕੋਆਰਡੀਨੇਟ ਐਕਸਿਸ ਤਾਂ R ਵੈਕਟਰ ਹੈ ਜਿਹੜਾ ਉਸ ਨੂੰ ਆਪਾਂ ਕਿਵੇਂ ਡਿਨੋਟ ਕਰ ਸਕਦੇ ਹਾਂ AI BJ CK ਹੁਣ ਆਪਾਂ ਜਿਹੜਾ Φ ਹੈ ਉਸ ਨੂੰ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕਰਾਂਗੇ ਅਲੋਂਗ ਐਕਸ ਐਕਸਿਸ ਅਲੋਂਗ Y ਐਂਡ ਅਲੋਂਗ Z ਅਲੋਂਗ ਐਕਸ ਐਕਸਿਸ ਆਪਾਂ ਕੀ ਲਿਖ ਸਕਦੇ ਹਾਂ

ਅਗਰ ਆਪਾਂ H' K' ਤੇ L' ਨੂੰ ਇਨ ਦਾ ਫਾਰਮ ਆਫ ਮਿਲਰੀ ਇੰਡੀਸਿਸ ਫਾਈਂਡ ਆਊਟ ਕਰੀਏ ਤਾਂ ਉਸਦੀ ਵੈਲਿਊ ਆ ਜੇਗੀ 2πnh 2πnk 2πnl ਹੁਣ ਕੀ ਹੈ a. ਜਿਹੜਾ n ਹੈ ਠੀਕ ਹੈ a.n ਦੀ ਵੈਲਿਊ ਆਪਾਂ ਕੀ ਲਿਖ ਸਕਦੇ ਹਾਂ a.n ਦੀ ਵੈਲਿਊ ਅਗਰ ਆਪਾਂ ਇਸ ਨੂੰ ਤੇ ਇਸ ਨੂੰ ਕੰਪੇਅਰ ਕਰਾਈਏ ਤਾਂ ਆਪਣੇ ਕੋਲ ਆ ਜੇਗੀ nh λ b.n ਦੀ ਆ ਜੇਗੀ nk λ c.n ਦੀ ਆ ਜੇਗੀ nl λ ਅਗਰ α β ਐਂਗਲ α β ਐਂਡ γ ਆਰ ਦਾ ਐਂਗਲਸ ਬਿਟਵੀਨ n ਐਂਡ a ਵੈਕਟਰ b ਵੈਕਟਰ ਐਂਡ c ਵੈਕਟਰ ਤਾਂ ਆਪਾਂ ਕੀ ਲਿਖ ਸਕਦੇ ਆ ਇਸ ਨੂੰ ਅਕੋਰਡਿੰਗ ਟੂ ਵੈਕਟਰ ਐਲਜਬਰਾ ਕੀ ਲਿਖਾਂਗੇ a ਤੇ n ਦੇ ਵਿਚਕਾਰ ਐਂਗਲ ਕਿੰਨਾ ਬਣ ਰਿਹਾ α ਤਾਂ a n ਨੂੰ ਲਿਖਾਂਗੇ ਆਪਾਂ a n cos α n h λ b ਤੇ n ਦੇ ਵਿਚਕਾਰ ਐਂਗਲ β ਤਾਂ ਇਸ ਨੂੰ ਲਿਖਾਂਗੇ b n cos β n k λ c ਤੇ n ਵੈਕਟਰ ਦੇ ਵਿਚਕਾਰ ਐਂਗਲ ਆਪਣੇ ਕੋਲੇ ਗਮ ਹੈ ਉਸ ਨੂੰ ਲਿਖਾਂਗੇ cn cos ਗਮ n l ਲੈਂਡਾ ਅਗਰ ਹੁਣ ਆਪਾਂ ਕੀਤਾ ਸੀ n ਵੈਕਟਰ ਹੈਗਾ ਜਿਹੜਾ ਕੈਪੀਟਲ n ਉਸ ਦੀ ਵੈਲਿਊ ਕਿੰਨੀ ਹੈਗੀ 2 sin θ ਇੱਥੇ ਆਪਾਂ ਵੈਲਿਊ ਪੁੱਟ ਕਰਾਂਗੇ a cos α 2 sin θ n h ਲੈਂਡਾ b cos β 2 sin θ n k ਲੈਂਡਾ c cos γ 2 sin θ n ਲੈਂਡਾ ਇਹ ਜਿਹੜੇ 3 ਸੈਟ ਆਫ ਇਕੁਏਸ਼ਨਸ ਹੈ ਇਸ ਨੂੰ ਆਪਾਂ ਕਹਾਂਗੇ ਲੂਇਸ ਇਕੁਏਸ਼ਨ ਫਾਰ ਡਾਇਫ੍ਰੈਕਸ਼ਨ ਆਫ ਐਕਸ ਰੇ ਉਸ ਤੋਂ ਬਾਅਦ ਹੈਗਾ ਬ੍ਰੈਗਸ ਇਕੁਏਸ਼ਨ ਫਰਮ ਲੂਇਸ ਇਕੁਏਸ਼ਨ ਬ੍ਰੈਗਸ ਇਕੁਏਸ਼ਨ ਆਪਾਂ ਫਾਈਂਡ ਕਰਨੀ ਹੈ ਫਰਮ ਲੂਇਸ ਇਕੁਏਸ਼ਨਸ ਅਗਰ ਆਪਨੇ ਕੋਲ ਡੀ ਹੈ ਜਿਹੜੀ ਸਪੇਸਿੰਗ ਹੈਗੀ ਹੈ ਬਿਟਵੀਨ ਟੂ ਅਡਜਸੈਂਟ ਪਲੇਨ ਦੇ ਵਿਚਕਾਰ ਦੋ ਪੈਰਲਲ ਪਲੇਨਸ ਦੇ ਵਿਚਕਾਰ ਜਿਹੜਾ ਡਿਸਟੈਂਸ ਹੈਗਾ ਸਪੇਸਿੰਗ ਹੈਗੀ ਹੈ ਡੀ ਹੈ ਤਾਂ d ਨੂੰ ਆਪਾਂ ਕੀ ਲਿਖਦੇ ਆ a cos α h b cos α k c cos γ l ਠੀਕ ਹੈ h k l ਆਪਣੇ ਕੋਲ ਕੀ ਹੈ ਮਿਲਰ ਇੰਡੈਸਿਸ ਤਾਂ a cos α ਦੀ ਵੈਲਿਊ ਫਾਈਂਡ ਆਊਟ ਕਰਾਂਗੇ d h ਬਣ ਜਾਏਗੀ b cos α β ਦੀ ਬਣ ਜਾਏਗੀ d k c cos γ ਦੀ d l ਬਣ ਜਾਏਗੀ ਹੁਣ ਇਹ ਵਾਲੀ ਜਿਹੜੀ ਵੈਲਿਊਜ਼ ਹੈ ਉਹ ਆਪਾਂ 2 ਪੁਆਇੰਟ ਜਿਹੜੀ ਇਹ ਵਾਲੀ ਇਕੁਏਸ਼ਨ ਹੈ ਉਸ ਦੇ ਵਿੱਚ ਪੁੱਟ ਕਰ ਦਾਂਗੇ ए कॉस अल्फा की जगह पर डी एच पुट करा बन जाएगा डी एच इजिकस डी एच इन टू टू सैंथीटाइजिकस टू एन एच लैमडा बी कोसबिटा की जगह ती के डी के टू साइंथीटाइजिकस टू एन के लैमडा सी कोसामा की जगह पर डी एल तो बन जाएगा डी एल टू साइंथीटाइजिकस टू एन एल लैमडा हूँ ए वाली एच दैंसल के दे के कैंसल एल एल कैंसल तो अपने को बन रहा है टू डी सैंथी ਥੀਟਾ ਇਜ਼ ਇਕੁਅਲ ਟੂ ਐਨ ਲੈਂਬਡਾ ਇਹ ਹੀ ਆਪਣੇ ਕੋਲੇ ਕੀ ਹੈ ਬ੍ਰੈਕਸ ਇਕੁਏਸ਼ਨ ਹੁਣ ਐਨ ਕੀ ਹੈ ਐਨ ਆਪਣੇ ਕੋਲੇ ਰਿਪਰੈਜ਼ੈਂਟ ਕਰ ਰਹੇ ਆਰਡਰ ਆਫ ਰਿਫਲੈਕਸ਼ਨ ਉਹ ਤੁਹਾਡੇ ਕੋਲੇ ਫਸਟ ਵੀ ਆਰਡਰ ਹੋ ਸਕਦਾ ਸੈਕਿੰਡ ਵੀ ਹੋ ਸਕਦਾ ਅਪ ਟੂ ਸੋ ਔਨ